ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ ਅਸਲਾਮੁਅਲੈਕੁਮ ਦੋਸਤੋ, ਮੈਂ ਤੁਹਾਡਾ ਦੋਸਤ ਵੈਦ ਸਰਗਾਣਾ। ਤੁਸੀਂ ਵੇਖ ਰਹੇ ਹੋ ਸਾਡਾ ਯੂਟਿਊਬ ਚੈਨਲ ਟਰੈਕਟਰਸ ਵਰਲਡ। ਜੀ ਦੋਸਤੋ, ਰੋਜ਼ਾਨਾ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਤੁਹਾਨੂੰ ਦੋ ਟਰੈਕਟਰ ਵਿਖਾਵਾਂਗੇ। ਇੱਕ ਮੈਸੀ 240 ਮਾਡਲ 2016, ਇੱਕ ਮੈਸੀ 240 ਮਾਡਲ 2017। ਦੋਵਾਂ ਦੀ ਮੁਕੰਮਲ ਤਫਸੀਲ ਦੋਸਤਾਂ ਨਾਲ ਸ਼ੇਅਰ ਕਰਾਂਗੇ। ਇਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦਿੱਤੇ ਗਏ ਬੈਲ ਦੇ ਨਿਸ਼ਾਨ ਵੀ ਦਬਾ ਲਓ, ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਵੀਡੀਓ ਨੂੰ ਸਕੇਪ ਨਹੀਂ ਕਰਨਾ, ਮੁਕੰਮਲ ਵੇਖਣਾ, ਤਾਂ ਕਿ ਜੋ ਵੀ ਤਫਸੀਲ ਹੈ ਟਰੈਕਟਰਾਂ ਦੀ ਉਹ ਤੁਹਾਨੂੰ ਮਿਲ ਸਕੇ। ਅਤੇ ਜਿਸ ਦੋਸਤ ਨੇ ਆਪਣਾ ਟਰੈਕਟਰ ਸੇਲ ਕਰਨਾ ਹੋਵੇ, ਟਰੈਕਟਰ ਮੁਤਲਕ ਕੋਈ ਔਜ਼ਾਰ ਸੇਲ ਕਰਨਾ ਹੋਵੇ, ਸਾਨੂੰ ਫੋਟੋ ਵਟਸਐਪ ਕਰ ਸਕਦਾ। ਸਾਡਾ ਨੰਬਰ ਡਿਸਕ੍ਰਿਪਸ਼ਨ ਹੈ, ਮੌਜੂਦ ਹੈ। ਅਸੀਂ ਵੀਡੀਓ ਦੇ ਵਿੱਚ ਜਿਹੜਾ ਲਾਉਂਦੇ ਹਾਂ ਮਾਲਕ ਦਾ ਨੰਬਰ ਆਉਂਦਾ, ਉਸ ਤੋਂ ਤੁਸੀਂ ਰਾਬਤਾ ਕਰਕੇ ਗੱਡੀ ਦੇ ਮੁਤਲਕ ਮਜ਼ੀਦ ਡਿਟੇਲ ਵੀ ਲੈ ਸਕਦੇ ਹੋ ਅਤੇ ਗੱਡੀ ਖਰੀਦ ਵੀ ਸਕਦੇ ਹੋ। ਅਤੇ ਲਾਈਕ ਅਤੇ ਕਮੈਂਟ ਲਾਜ਼ਮੀ ਕਰਨਾ। ਆਓ ਦੋਸਤੋ, ਤੁਹਾਨੂੰ ਟਰੈਕਟਰ ਦੀ ਮੁਕੰਮਲ ਤਫਸੀਲ ਦਿੰਦੇ ਹਾਂ। ਪਹਿਲੇ ਤੁਹਾਨੂੰ ਟਰੈਕਟਰ ਵਿਖਾਉਂਦੇ ਹਾਂ ਜੀ, ਮੈਸੀ 240 ਮਾਡਲ 2016। ਉਸ ਦਾ ਰਿਵਿਊ ਤੁਹਾਡੇ ਸਾਹਮਣੇ ਚੱਲ ਰਿਹਾ ਦੋਸਤੋ। ਮਾਸ਼ਾਅੱਲਾ, ਬਹੁਤ ਹੀ ਅੱਛੀ ਤਲਾਸ਼ ਕੰਡੀਸ਼ਨ ਹੈ ਜੀ ਗੱਡੀ। ਚੇਸੀ ਦਾ ਕਲਰ ਚੈੱਕ ਕਰ ਲਓ, ਇੰਜਣ ਦਾ ਮਾਸ਼ਾਅੱਲਾ ਬਿਲਕੁਲ 15 ਨੇ ਕਲਰ ਪਿਆ, ਬਿਲਕੁਲ ਫਿੱਟ ਹੈ ਗੱਡੀ, ਕਿਸੇ ਕਿਸਮ ਦਾ ਮਸਲਾ ਨਹੀਂ। ਅਤੇ ਬਾਕੀ ਸ਼ੋਅ ਦਾ ਕਲਰ ਅਤੇ ਮਡਗਾਰਡਾਂ ਦਾ ਵੀ ਚੈੱਕ ਕਰ ਸਕਦੇ ਹੋ, ਬਿਲਕੁਲ ਸਿੱਧੇ ਪੱਧਰੇ ਮਡਗਾਰਡ ਨੇ, ਕੋਈ ਯਾਨੀ ਕਿ ਦਾਗ ਧੱਬਾ ਨਹੀਂ, ਕੋਈ ਰੰਗ ਮੈਚ ਨਹੀਂ ਹੋਇਆ ਸੀ। ਡਰਾਈਵਰ ਚੈੱਕ ਕਰ ਸਕਦੇ ਹੋ, ਅਗਲੇ ਟਾਇਰ ਰਿਮ ਚੈੱਕ ਕਰ ਸਕਦੇ ਹੋ, ਬੰਪਰ ਵੀ ਲੱਗਿਆ, ਗੱਡੀ ਨੂੰ ਸਮਾਨ ਲੱਗਿਆ। ਬਾਕੀ ਇਸ ਦੀ ਜਿਹੜੀ ਟਾਇਰਾਂ ਦੀ ਕੰਡੀਸ਼ਨ ਹੈ, ਟਾਇਰ ਇਸ ਦੇ ਜਿਹੜੇ ਨੇ ਉਹ ਨਵੇਂ ਪਾਏ ਗਏ ਨੇ, ਮਾਲਕ ਨੇ ਨਵੇਂ ਪਾਏ ਨੇ। ਬੰਪਰ ਲੱਗਿਆ ਮਾਸ਼ਾਅੱਲਾ, ਅੱਛੀ ਕੰਡੀਸ਼ਨ ਹੈ, ਜੇ ਸਾਦਾ ਜਿਹਾ ਬੰਪਰ, ਪਿੱਛੇ ਸੀਟ ਲੱਗੀ ਹੈ ਡੋ ਵਾਲੀ। ਤੁਹਾਨੂੰ ਸਾਰਾ ਮੁਕੰਮਲ ਰਿਵਿਊ ਜਿਹੜਾ ਤਸਵੀਰਾਂ ਦੇ ਵਿੱਚ ਵਿਖਾ ਰਹੇ ਹਾਂ ਦੋਸਤੋ। ਅੱਛੀ ਤਲਾਸ਼ ਕੰਡੀਸ਼ਨ ਹੈ ਜੇ ਗੱਡੀ। ਮਡਗਾਰਡਾਂ ਦਾ ਰਿਵਿਊ ਚੈੱਕ ਕਰ ਲਓ, ਮੁਕੰਮਲ ਤੁਹਾਨੂੰ ਵਿਖਾ ਰਹੇ ਹਾਂ, ਬਿਲਕੁਲ ਸਿੱਧੇ ਪੱਧਰੇ ਨੇ, ਕੋਈ ਯਾਨੀ ਕਿ ਦਾਗ ਧੱਬਾ ਨਹੀਂ, ਕੋਈ ਟੁੱਟ ਭੱਜ ਨਹੀਂ ਹੈ। ਬੈਕ ਲੁੱਕ ਚੈੱਕ ਕਰ ਲਓ ਗੱਡੀ ਦੀ, ਹੋਕ ਨਹੀਂ ਲੱਗੀ ਗੱਡੀ ਨੂੰ, ਬਾਕੀ ਸੰਗਲ ਸੁੰਗਲ ਮੌਜੂਦ ਨੇ, ਲਿੰਕਾਂ ਜੈਨੂਅਨ ਨੇ, ਬੈਕ ਬਿਲਕੁਲ ਫਿੱਟ ਫਰੈਸ਼ ਕੰਡੀਸ਼ਨ 'ਚ ਪਿਆ, ਸੀਟ ਵੀ ਲੱਗੀ ਹੈ ਡੋ ਵਾਲੀ। ਬਾਕੀ ਇਸ ਦੀ ਜਿਹੜੀ ਡਿਮਾਂਡ ਅਤੇ ਲੋਕੇਸ਼ਨ ਹੈ ਦੋਸਤਾਂ ਨਾਲ ਸ਼ੇਅਰ ਕਰਨੇ ਆ। ਇੰਜਣ ਦਾ ਬਿਲਕੁਲ ਫਿੱਟ ਹੈ, ਕੈਸ਼ ਦੇ ਓਪਨ ਲੈਟਰ ਦੇ ਵਿੱਚ ਹੈ, ਯਾਨੀ ਕਿ ਇਹ ਗੱਡੀ ਕਾਗਜ਼ ਕਾਪੀ ਇਸ ਦੀ ਨਹੀਂ ਬਣੀ, ਸਮਾਨ ਲੱਗਿਆ ਇਹਨੂੰ, ਓਪਨ ਲੈਟਰ ਕੈਸ਼ ਦਾ। ਅਤੇ ਬਾਕੀ ਟਾਇਰ ਇਸ ਦੇ ਨਵੇਂ ਨੇ, ਲੋਕੇਸ਼ਨ ਇਸ ਦੀ ਹੈ ਜਿਹੜੀ ਉਹ ਜ਼ਿਲ੍ਹਾ ਖੁਸ਼ਾਬ ਹੈ। ਅਤੇ ਬਾਕੀ ਮਾਲਕ ਡਿਮਾਂਡ ਜਿਹੜੀ ਕਰ ਲੈਣੇ, 15 ਲੱਖ ਰੁਪਏ ਡਿਮਾਂਡ ਹੈ, ਮੌਕੇ 'ਤੇ ਕਮੀ ਪੇਸ਼ੀ ਹੋ ਜਾਏਗੀ। ਮਾਲਕ ਦਾ ਨੰਬਰ ਵੀਡੀਓ ਦੇ ਵਿੱਚ ਦੇਵਾਂਗੇ, ਦੋਵੇਂ ਗੱਡੀਆਂ ਇੱਕੋ ਮਾਲਕ ਕੋਲ ਲੈਣ। ਅਗਲੀ ਗੱਡੀ ਦਾ ਰਿਵਿਊ ਤੁਹਾਨੂੰ ਦੋਸਤੋ ਚੈੱਕ ਕਰਾਉਂਦੇ ਹਾਂ। ਅਗਲੀ ਗੱਡੀ ਦੋਸਤੋ ਇਹ ਜੀ ਹੈ 2017 ਮਾਡਲ, ਇਸ ਦੀ ਮੁਕੰਮਲ ਜਿਹੜੀ ਕੰਡੀਸ਼ਨ ਹੈ ਦੋਸਤਾਂ ਨੂੰ ਦੱਸਣੇ ਆ। ਸੀਟ ਲੱਗੀ ਹੈ ਮਾਸ਼ਾਅੱਲਾ, ਪਿੱਛੇ ਵੇਖ ਸਕਦੇ ਹੋ। ਬਾਕੀ ਮੁਕੰਮਲ ਰਿਵਿਊ ਦੋਸਤਾਂ ਨੂੰ, ਚੇਸੀ ਚੈਮਰ ਹੈੱਡ ਬਲਾਕ ਸਾਰਾ ਵੀ ਖਾਂਦੇ ਹਾਂ, ਸੈਲਫ ਸਟਾਰਟ ਨੇ ਗੱਡੀਆਂ ਦੋਵੇਂ। ਬਾਕੀ ਇਹ ਵੀ ਗੱਡੀ ਸੈਲਫ ਸਟਾਰਟ ਹੈ, ਰੰਗ ਜਿਹੜਾ ਇਸ ਦਾ ਵੀ ਮਾਸ਼ਾਅੱਲਾ ਅੱਛਾ ਪਿਆ, 15 ਨੇ ਰੰਗ ਪਿਆ। ਟਾਇਰ ਜਿਹੜੇ ਨੇ ਇਸਨੂੰ ਵੀ ਨਵੇਂ ਪਾਏ ਗਏ ਨੇ ਚਾਰੋਂ। ਬਾਕੀ ਰਿਮਾਂ ਦਾ ਕਲਰ ਤੁਹਾਡੇ ਸਾਹਮਣੇ ਹੈ, ਜੈਨੂਅਨ ਕੰਡੀਸ਼ਨ ਹੈ ਜੇ ਗੱਡੀ, ਕਿਸੇ ਕਿਸਮ ਦਾ ਕੋਈ ਮਸਲਾ ਨਹੀਂ। ਅਤੇ ਬਾਕੀ ਜਿਹੜੀ ਇਸ ਦੀ ਯਾਨੀ ਕਿ ਅੱਗੋਂ ਬੰਪਰ ਇਹਨੂੰ ਨਹੀਂ ਲੱਗਿਆ, ਸ਼ੋਅ ਜਿਹੜੀ ਹੈ 15 ਨੇ ਸ਼ੋਅ ਹੀ ਪਈ ਹੈ ਇਸ ਦੀ। ਬਾਕੀ ਚੇਸੀ ਦਾ ਕਲਰ ਵੀ ਮਾਸ਼ਾਅੱਲਾ ਬਿਲਕੁਲ ਅੱਛੀ ਕੰਡੀਸ਼ਨ ਹੈ, ਜੈਨੂਅਨ ਜੈਨੂਅਨ ਗੱਡੀ ਹੈ, ਕੋਈ ਖੋਲ ਪਾਟ ਨਹੀਂ, ਕੋਈ ਟੁੱਟ ਭੱਜ ਨਹੀਂ ਗੱਡੀ ਨੂੰ, ਗੇਅਰ ਇਸਰੀ ਵੀ ਬੇਆਵਾਜ਼ ਹੈ। ਬਾਕੀ ਯਾਨੀ ਕਿ ਡੀਜ਼ਲ ਪੰਪ ਵੀ ਇਸ ਨੂੰ ਜਿਹੜਾ ਸ਼ੁਰੂ ਤੋਂ ਓਰੀਜਨਲ ਆਉਂਦੇ ਨੇ ਉਹ ਲੱਗਿਆ। ਅਕਸਰ ਬੰਦੇ ਯਾਨੀ ਕਿ ਡੀਜ਼ਲ ਪੰਪ ਦੀ ਵਜ੍ਹਾ ਤੋਂ 2017 ਮਾਡਲ ਨੂੰ ਯਾਨੀ ਕਿ ਪਸੰਦ ਨਹੀਂ ਕਰਦੇ, ਅਤੇ ਮਾਡਲ ਵੀ ਥੋੜ੍ਹੇ ਜਿਹੇ ਯਾਨੀ ਕਿ ਇਸ ਹਿਸਾਬ ਦੇ ਗਿਣਦੇ ਨੇ ਵੀ ਡੀਜ਼ਲ ਪੰਪ ਇਹਨਾਂ ਨੂੰ ਛੋਟਾ ਆਇਆ ਸੀ। ਲੇਕਿਨ ਗੱਡੀਆਂ ਬਿਹਤਰ ਨੇ ਜਿਹੜੇ ਜੈਨੂਅਨ ਪੰਪ ਦੇ ਵਿੱਚ ਨੇ, ਬੜੀਆਂ ਸੋਹਣੀਆਂ ਗੱਡੀਆਂ ਨੇ, ਅਸੀਂ ਚਲਾਈਆਂ ਨੇ, ਬਿਲਕੁਲ ਫਿੱਟ ਅਤੇ ਫਰੈਸ਼ ਕੰਡੀਸ਼ਨ ਨੇ ਦੋਸਤੋ। ਗੱਡੀ ਦਾ ਰਿਵਿਊ ਮੁਕੰਮਲ ਤੁਸੀਂ ਵੇਖਿਆ, ਤੁਹਾਨੂੰ ਇਸ ਦੀ ਡਿਮਾਂਡ ਅਤੇ ਲੋਕੇਸ਼ਨ ਦੱਸਣੇ ਆ। ਇਸ ਦੀ ਲੋਕੇਸ਼ਨ ਵੀ ਦੋਸਤੋ ਜ਼ਿਲ੍ਹਾ ਖੁਸ਼ਹਾਬ ਹੈ। ਬਾਕੀ ਇਸ ਦੀ ਜਿਹੜੀ ਹੈ ਕੈਸ਼ ਦੇ ਖੁੱਲ੍ਹੇ ਪੇਪਰ ਨੇ,
ਇਸ ਨੂੰ ਵੀ ਨੰਬਰ ਨਹੀਂ ਲੱਗਿਆ। ਟਾਇਰ ਇਸ ਦੇ ਵੀ 0 ਮੀਟਰ ਪਾਏ ਗਏ ਨੇ, 15 ਨੇ ਟੋਟਲ ਟਰੈਕਟਰ ਪਾਸ ਹੈ ਅਤੇ ਡਿਮਾਂਡ ਇਸ ਦੀ ਜਿਹੜੀ ਆ ਮਾਲਕ 15 ਲੱਖ ਕਰ ਰਹੇ ਨੇ। ਮੌਕੇ 'ਤੇ ਕਮੀ ਪੇਸ਼ੀ ਹੋ ਜਾਏਗੀ, ਨੰਬਰ ਵੀਡੀਓ ਦੇ ਵਿੱਚ ਮੌਜੂਦ ਹੈ। ਇਸ ਨੰਬਰ 'ਤੇ ਤੁਸੀਂ ਰਾਬਤਾ ਕਰਕੇ ਦੋਵਾਂ ਗੱਡੀਆਂ ਦੀ ਡਿਟੇਲ ਲੈ ਸਕਦੇ ਹੋ। ਉਮੀਦ ਕਰਨਾ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਰੋਜ਼ਾਨਾ ਅਸੀਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦਿੱਤੀ ਕਿ ਬੈਲ ਨੂੰ ਨਿਸ਼ਾਨ ਨੂੰ ਵੀ ਦਬਾ ਲਓ ਤਾਂ ਕਿ ਤੁਹਾਡੇ ਤੱਕ ਬਆਸਾਨੀ ਵੀਡੀਓ ਪਹੁੰਚ ਸਕੇ। ਅਤੇ ਆਪਣੇ ਦੋਸਤ ਵੈਦ ਸਰਗਾਣਾ ਨੂੰ ਦਿਓ ਇਜਾਜ਼ਤ ਆਉਣ ਵਾਲੀ ਵੀਡੀਓ ਤੱਕ। ਆਪਣਾ ਖਿਆਲ ਰੱਖਣਾ, ਦੁਆਵਾਂ ਵਿੱਚ ਯਾਦ ਰੱਖਣਾ। ਅੱਲਾ ਪਾਕ ਤੁਹਾਨੂੰ ਆਪਣੀ ਹਿਫਜ਼ ਮਾਨ ਰੱਖੇ। ਸ਼ੁਕਰੀਆ ਦੋਸਤੋ, ਅੱਲਾ ਹਾਫਿਜ਼।